सानू समस्या ये है कि साढ़ा घर कच्चा है ते असी 5-6 बारी फार्म ग्रांट बारे फार्म भर चुके हैं पर सानू अजे तक एक पैसा नहीं मिलिया। किन्ने जने रहिंदे हो घर च? असी 6 जने रहिंदे हां घर विच एक कमरे विच। किन्नी देर तो सरकार तो मंग कर रहे हो? असी 5-6 साल हो गए सानू मंग करदे। किन्ने बच्चे तुहाडे? 6 बच्चे ने। किन्नी जगह तुहाडे कोल रहण लई? इहो ही आ एक कमरा है। ਉਹ ਅੱਜ ਤੱਕ ਜੀ ਜੋ 4 ਸਾਲ ਹੋਈ ਉਹਦੇ ਨਾਲ ਫੋਟੋ ਫਾਟੋ ਖਿਚਾਏ ਸੈਕਟਰੀ ਸਾਹਿਬ ਕਨੇ, ਸੈਕਟਰੀ ਸਾਹਿਬ ਆਏ ਇੱਥੇ, ਉਹੀ ਅੱਜ ਤੱਕ ਗ੍ਰਾਂਟ ਹੀ ਨਹੀਂ ਮਿਲੀ ਵਿਚਾਰੇ, ਉਹਦਾ ਮਕਾਨ ਜਿਹੜਾ ਵਿੱਚ ਪੈਦਾ। ਹੁਣ ਅਸੀਂ ਇਹ ਬੇਨਤੀ ਕਰਨੇ ਵੀ ਉਹੀ ਬੰਦੇ ਕੀ ਪੈਸੇ ਜ਼ਰੂਰੀ ਮਿਲਣੇ ਚਾਹੀਦੇ ਨੇ। ਲੋੜਵੰਦ ਲੋਕਾਂ ਦੀ ਮਦਦ ਦੇ ਲਈ ਸਰਕਾਰਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਗਰੀਬ ਪਰਿਵਾਰ ਇਹਨਾਂ ਸਕੀਮਾਂ ਦਾ ਲਾਭ ਲੈ ਕੇ ਮਦਦ ਪ੍ਰਾਪਤ ਕਰ ਸਕਣ, ਪਰ ਬਹੁਤ ਸਾਰੇ ਲੋਕ ਇਹਨਾਂ ਸਕੀਮਾਂ ਦਾ ਲਾਭ ਨਹੀਂ ਲੈ ਪਾ ਰਹੇ। ਸਰਕਾਰ ਦੇ ਵੱਲੋਂ ਗਰੀਬਾਂ ਲਈ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਗਰੀਬ ਪਰਿਵਾਰ ਕਿਸ ਹੱਦ ਤੱਕ ਲਾਭ ਉਠਾ ਰਹੇ ਨੇ ਇਸਦਾ ਅੰਦਾਜ਼ਾ ਸਰਹੱਦੀ ਪਿੰਡ ਸਮਰਾਲਾ ਦੇ ਇੱਕ ਗਰੀਬ ਪਰਿਵਾਰ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਇੱਥੇ ਇਸ ਗਰੀਬ ਪਰਿਵਾਰ ਦੇ 6 ਮੈਂਬਰ ਸਰਕਾਰੀ ਸਹੂਲਤਾਂ ਤੋਂ ਵਾਂਝੇ ਨੇ, ਇੱਕ ਟੁੱਟੇ ਭੱਜੇ ਕਮਰੇ ਦੇ ਵਿੱਚ ਸਮਾਂ ਬਿਤਾ ਰਹੇ ਨੇ। ਇਸ ਗਰੀਬ ਪਰਿਵਾਰ ਦੀਆਂ 3 ਧੀਆਂ ਵੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਧੀ ਪਿਛਲੇ ਕਈ ਸਾਲਾਂ ਤੋਂ ਬਿਮਾਰ ਚੱਲ ਰਹੀ ਹੈ। ਇਸ ਪਰਿਵਾਰ ਦੀਆਂ ਧੀਆਂ ਨੇ ਆਪਣੀ ਗਰੀਬੀ ਦੀ ਕਹਾਣੀ ਜਦੋਂ ਸੁਣਾਈ ਤਾਂ ਰੌਂਗਟੇ ਖੜੇ ਹੋ ਗਏ। ਤੁਸੀਂ ਵੀ ਸੁਣੋ ਆਖਿਰ ਕੀ ਦਰਦ ਹੈ ਇਸ ਪਰਿਵਾਰ ਦਾ, ਕਿਹੜੀਆਂ ਸਕੀਮਾਂ ਤੋਂ ਇਹ ਵਾਂਝੇ ਨੇ, ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। ਮੇਰਾ ਨਾਮ ਪਾਇਲ ਦੇਵੀ ਹੈ, ਮੈਂ ਸਮਰਾਲਾ ਦੀ ਰਹਿਣ ਵਾਲੀ ਹਾਂ। ਹਾਂਜੀ, ਕੀ ਸਮੱਸਿਆ ਵਿੱਚ? ਸਾਨੂੰ ਸਮੱਸਿਆ ਇਹ ਹੈ ਕਿ ਸਾਡਾ ਘਰ ਕੱਚਾ ਹੈ ਅਤੇ ਅਸੀਂ 5-6 ਵਾਰੀ ਫਾਰਮ ਗ੍ਰਾਂਟ ਬਾਰੇ ਫਾਰਮ ਭਰ ਚੁੱਕੇ ਹਾਂ ਪਰ ਸਾਨੂੰ ਅਜੇ ਤੱਕ ਇੱਕ ਪੈਸਾ ਨਹੀਂ ਮਿਲਿਆ। ਕਿੰਨੇ ਜਣੇ ਰਹਿੰਦੇ ਹੋ ਘਰ 'ਚ? ਅਸੀਂ 6 ਜਣੇ ਰਹਿੰਦੇ ਹਾਂ ਘਰ ਵਿੱਚ ਇੱਕ ਕਮਰੇ ਵਿੱਚ। ਕਿੰਨੀ ਦੇਰ ਤੋਂ ਸਰਕਾਰ ਤੋਂ ਮੰਗ ਕਰ ਰਹੇ ਹੋ? ਅਸੀਂ 5-6 ਸਾਲ ਹੋ ਗਏ ਸਾਨੂੰ ਮੰਗ ਕਰਦੇ। ਕੀ ਕਹਿੰਦੀ ਗ੍ਰਾਮ ਪੰਚਾਇਤ? ਕੀ ਕਹਿੰਦੀ ਗ੍ਰਾਮ ਪੰਚਾਇਤ? ਇਹੋ ਕਹਿੰਦੀ ਹੈ ਕਿ ਤੁਹਾਡੀ ਗ੍ਰਾਂਟ ਆ ਚੁੱਕੀ ਹੈ ਪਰ ਸਾਨੂੰ ਅਜੇ ਤੱਕ ਇੱਕ ਪੈਸਾ ਨਹੀਂ ਦਿੱਤਾ ਗਿਆ। ਆਪਣੀ ਕਹਾਣੀ ਸੁਣਾਉਂਦੇ ਹੋਇਆਂ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਪਤਨੀ ਨੇ ਹੰਝੂ ਭਰੀ ਆਵਾਜ਼ ਦੇ ਵਿੱਚ ਦੱਸਿਆ ਕਿ ਜਦੋਂ ਬੱਚੇ ਪੱਕਾ ਮਕਾਨ ਬਣਾਉਣ ਦੇ ਲਈ ਜ਼ੋਰ ਪਾਉਂਦੇ ਹਨ ਤਾਂ ਉਹਨਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਬੱਚਿਆਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ। ਗਰੀਬੀ ਦੀ ਹਾਲਤ ਦੇ ਵਿੱਚ 2 ਵਕਤ ਦੀ ਰੋਟੀ ਵੀ ਉਹਨਾਂ ਦੇ ਲਈ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਨਸੀਬ ਹੁੰਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਇੱਕ ਧੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਹੈ। ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ, ਉਹਨਾਂ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਹਾਂਜੀ, ਅਸੀਂ 6 ਸਰਮਾਲੇ 'ਚ ਰਹਿਣ ਵਾਲੇ ਹਾਂ ਜੀ ਅਤੇ 6 ਜਾਣੇ ਆ ਅਤੇ ਘਰ ਦਾ ਗੁਜ਼ਾਰਾ ਵੀ ਬੜੇ ਮੁਸ਼ਕਿਲ ਚੱਲਦਾ ਹੈ ਔਰ ਅਸੀਂ ਤਾਂ ਅੱਧੀ ਜ਼ਿੰਦਗੀ ਹੋ ਚੁੱਕੀ ਆ, ਅਸੀਂ ਆਸ ਵੀ ਕਰ ਚੁੱਕੇ ਹਾਂ ਅਤੇ ਹੁਣ ਮਿਲਣੀ ਕਿ ਨਹੀਂ ਮਿਲਣੀ, ਅਸੀਂ ਛੱਡੀ ਅੜੀ ਸੀ ਆਸ, ਪਰ ਸਾਨੂੰ ਆਸ ਹੈ ਵੀ ਹੈ ਆ ਅਤੇ ਚੱਲ ਕਿਹੜੀ ਸਰਕਾਰ ਬਣਗ ਤਾਂ ਸਾਨੂੰ ਦੇਗ ਹੌਂਸਲਾ, ਉਹ ਨਾ ਅੱਜ ਤੱਕ ਨਹੀਂ ਸਾਨੂੰ ਮਿਲਿਆ। ਕਿੰਨੇ ਬੱਚੇ ਤੁਹਾਡੇ? 6 ਬੱਚੇ ਨੇ। ਕਿੰਨੀ ਜਗ੍ਹਾ ਤੁਹਾਡੇ ਕੋਲ ਰਹਿਣ ਲਈ? ਇਹੋ ਹੀ ਆ ਇੱਕ ਕਮਰਾ ਆ, ਇੱਥੇ ਹੀ ਕਮਰੇ ਇੱਕ ਕਮਰਾ ਆ ਤਾਂ ਅਸੀਂ ਇੱਥੇ ਹੀ 6 ਜਾਣੇ ਰਹਿੰਦੇ ਹਾਂ, ਇੱਥੇ ਹੀ ਰੋਟੀ ਪਕਾਉਂਦੇ ਹਾਂ, ਇੱਥੇ ਹੀ ਅਸੀਂ ਸੋਨੇ ਪਾਉਂਦੇ ਹਾਂ। ਸਰਕਾਰ ਤੋਂ ਅਸੀਂ ਇਹੋ ਹੀ ਆਹਣੇ ਹਾਂ ਤਾਂ ਸਾਨੂੰ ਪੈਸੇ ਮਿਲ ਜਾਣੇ ਚਾਹੀਦੇ ਆ। ਸਰਪੰਚ ਸ਼ਿਸ਼ਤਾ ਦੇਵੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰ ਦੀ ਫਾਈਲ 3 ਵਾਰ ਭਰੀ ਗਈ ਹੈ ਪਰ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਘਰ ਵਾਲਾ ਜੀ ਬਣਤਾ ਰਾਮ ਜੀ ਸਰਪੰਚ, ਉਹਦੇ ਵਿੱਚ ਉਹ ਕੋਈ 3 ਸਾਲ ਹੋਈ ਆ ਜੀ। ਬਲਦੇਵ ਸਿੰਘ ਦੇ ਘਰ ਦੀ ਜਿਹੜੀ ਗ੍ਰਾਂਟ ਆ ਘਰ ਦੀ ਨਹੀਂ ਮਿਲੀ, ਕੱਚਾ ਘਰ ਆ ਉਹਦਾ, 6 ਜਣੇ ਇੱਕ ਘਰ 'ਚ ਰਹਿ ਰਹੇ ਸਰਪੰਚ। ਹਾਂਜੀ ਹਾਂਜੀ ਹਾਂਜੀ, ਕੀ ਕਾਰਨ ਉਹਦਾ ਇੱਥੇ ਗ੍ਰਾਂਟ ਕਿਉਂ ਨਹੀਂ? ਅੱਜ ਤੱਕ ਜੀ ਜੋ 4 ਸਾਲ ਹੋਈ ਉਹਦੇ ਨਾਲ ਫੋਟੋ ਫਾਟੋ ਖਿਚਾਏ ਸੈਕਟਰੀ ਸਾਹਿਬ ਕਨੇ, ਸੈਕਟਰੀ ਸਾਹਿਬ ਆਏ ਇੱਥੇ, ਉਹੀ ਅੱਜ ਤੱਕ ਗ੍ਰਾਂਟ ਹੀ ਨਹੀਂ ਮਿਲੀ ਵਿਚਾਰੇ, ਉਹਦਾ ਮਕਾਨ ਜਿਹੜਾ ਵਿੱਚ ਪੈਦਾ। ਹੁਣ ਅਸੀਂ ਇਹ ਬੇਨਤੀ ਕਰਨੇ ਵੀ ਉਹੀ ਬੰਦੇ ਕੀ ਪੈਸੇ ਜ਼ਰੂਰੀ ਮਿਲਣੇ ਚਾਹੀਦੇ ਨੇ। 3 ਉਹਦੀਆਂ ਕੁੜੀਆਂ ਨੇ ਵਿਚਾਰੇ ਦੀਆਂ ਨਿੱਕੀਆਂ ਨਿੱਕੀਆਂ, ਇੱਕ ਕੁੜੀ ਵੀ ਬਿਮਾਰ ਆ ਵਿਚਾਰੇ ਦੀ, ਉਹੀ ਵਿਚਾਰੇ ਕੋਈ ਸਾਧਨ ਨਹੀਂ ਹੈ ਮਤਲਬ ਮਕਾਨ ਬਣਾਉਣ ਦਾ।